ਇਹ ਹੈ ਜੀ ਕਿ ਇੱਕ ਸੇਵਾਦਾਰਾ ਟਾਸਕ ਫੋਰਸ ਦਾ ਗੁਰਮੀਤ ਸਿੰਘ ਉਹ ਦੁਖਪਨੀ ਦੇਰੀ ਦੇ ਨੇੜੇ ਡਿਊਟੀ ਕਰ ਰਿਹਾ ਸੀ ਜਾ ਰਿਹਾ ਸੀ ਤਾਂ ਉਹਨੂੰ ਲੱਗਿਆ ਕੁਛ ਉੱਥੇ ਇਹਦੇ ਲੱਗਿਆ ਹੈਗਾ ਉਹਦੇ ਨਾਲ ਦੇ ਨੇ ਦੱਸਿਆ ਕਿ ਤੇਰੇ ਉੱਥੇ ਕੁਛ ਲੱਗਾ ਲੱਗਦਾ ਜੇ ਉਹਨੇ ਦੇਖਿਆ ਤਾਂ ਉਹਦੀ ਇੱਕ ਸਟੇ ਬੁਲੇਟ ਉਹਦੀ ਪੱਗ ਤੋਂ ਕ੍ਰੋਸ ਕਰਕੇ ਜੈਕਟ ਤੋਂ ਕ੍ਰੋਸ ਕਰਕੇ ਬੋਡੀ ਨੂੰ ਟੱਚ ਕਰਕੇ ਨੀਚੇ ਗਿਰ ਗਿਆ ਉਹ ਦੇਖਿਆ ਤਾਂ ਉਹਨੇ ਜੈਕਟ ਖੋਲ ਕੇ ਦੇਖਿਆ ਉਹ ਟੱਚ ਦੀ ਥੋੜ੍ਹਾ ਜਿਹਾ ਇੱਥੇ ਨਿਸ਼ਾਨ ਲੱਗਿਆ ਹੈਗਾ ਬ੍ਰੇਜ ਆ ਗਿਆ ਉਹਦੀ ਮੈਂ ਵਟਸਐਪ 'ਤੇ ਵੀ ਚੱਲ ਰਿਹਾ ਅਤੇ ਅਸੀਂ ਕੇਸ ਉੱਤੇ ਕਰਤਾ ਫਰੈਸਿੰਗ ਸਰਚ ਤੋਂ ਬੋਡਰੀ ਦੇ ਸਾਡੇ ਬੰਦੇ ਆ ਰਹੇ ਆ ਉਹਦਾ ਅਸੀਂ ਉਹਨੂੰ ਟ੍ਰਾਜੈਕਟਰੀ ਬਣਾ ਕੇ ਪ੍ਰੋਪਰ ਕਿੱਥੋਂ ਆਇਆ ਵੈਪਨ ਉਸ ਏਰੀਏ 'ਚ ਕਿੰਨੇ ਇਹ ਲੱਗਦਾ ਜਿਸ ਤਰ੍ਹਾਂ ਕਿ ਇਹ 115 ਬੋਰਡ ਦਾ ਬਾਕੀ ਵੈਰੀਫਾਈ ਕਰ ਲਾਂਗੇ ਫਰੈਸਿੰਗ ਤੋਂ ਤਾਂ ਉੱਥੇ ਇਹ ਡੈਫੀਨੇਟਲੀ ਨੋਟੀਫਾਈ ਹੋ ਕੇ ਬੰਦਾ ਉੱਥੇ ਕਰ ਦਿੰਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਘੀ ਦਾ ਦਿਹਾੜਾ ਹੈ ਅਸੀਂ ਦਰਸ਼ਨ ਕਰਨ ਆਏ ਹਾਂ ਸਾਨੂੰ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਘੀ ਦੇ ਦਿਹਾੜੇ 'ਤੇ ਅਸੀਂ ਮੁੱਖ ਰੱਖਦੇ ਘੁਮਾਣ ਸਾਹਿਬ ਤੋਂ ਆਏ ਹਾਂ ਜੀ ਇਸ ਕਰਕੇ ਨਾਲੇ ਦਰਸ਼ਨ ਮਿਲਿਆ ਨਾਲੇ ਮਨ ਨੂੰ ਸ਼ਾਂਤੀ ਹੈ ਨਾਲੇ ਸੰਗਤ ਭਰਮਾ ਕੰਮ ਵੀ ਨਾਲੇ ਦਰਬਾਰ ਸਾਹਿਬ ਚੱਲ ਕੇ ਮੱਥਾ ਟੇਕਿਆ ਜੋ ਬੋਲੇ ਹਾਂਜੀ ਅਸੀਂ ਮੁਕਤਸਰ ਨਹੀਂ ਜਾ ਸਕੇ ਅਸੀਂ ਉੱਥੋਂ ਦੇ ਹਾਜ਼ਰੀ ਮਹਾਰਾਜ ਦੇ ਘਰ ਇੱਥੇ ਗੁਰੂ ਰਾਮਦਾਸ ਦੇ ਘਰ ਬੱਚੇ ਲੈ ਕੇ ਹਾਜ਼ਰੀ ਭਰਨ ਆਏ ਹਾਂ ਮਹਾਰਾਜ ਸਾਡੀ ਹਾਜ਼ਰੀ ਪ੍ਰਵਾਨ ਕਰਨ ਅਫਸੋਸ ਵਾਲੀ ਬਾਤ ਹੈ ਕਿ ਜੋ ਗੁਰਦੁਆਰਾ ਸਾਹਿਬ ਉੱਥੇ ਹੈ ਇੱਕ ਧਾਰਮਿਕ ਸਥਾਨ ਹੈ ਜਹਾਂ ਸੇਵਾ ਸਿਮਰਨ ਕਾ ਪ੍ਰਤੀਕ ਹੋਣਾ ਚਾਹੀਏ ਔਰ ਹਰ ਆਦਮੀ ਕੋ ਵੋ ਵੀ ਜਾ ਜਾਤਾ ਹੈ ਚਾਹੇ ਵਹਾਂ ਕਾ ਡਿਵੋਟੀ ਹੈ ਜਾਂ ਪਾਠ ਕਰਨੇ ਜਾਤਾ ਹੈ ਜਾਂ ਸ਼ਰਧਾਲੂ ਕੇ ਤੌਰ ਪਰ ਜਾਤਾ ਹੈ ਜਾਂ ਪ੍ਰਬੰਧਕ ਕੇ ਤੌਰ ਪਰ ਹੋਤਾ ਹੈ ਉਸਕੋ ਆਪਣੀ ਈਗੋ ਆਪਣਾ ਅਹੰਕਾਰ ਤੋ ਸਾਈਡ ਪਰ ਰੱਖਣਾ ਚਾਹੀਏ ਗੁਰਦੁਆਰੇ ਕਾ ਮਤਲਬ ਹੀ ਯਹੀ ਹੋਤਾ ਹੈ ਅਗਰ ਵਹਾਂ ਕੋਈ ਦੋ ਪ੍ਰਬੰਧਕ ਜਾਂ ਦੋ ਗਰੁੱਪ ਆਪਸ ਮੇਂ ਝਗੜੇ ਹੈ ਤਾਂ ਇਸੇ ਦਾ ਬਦਕਿਸਮਤੀ ਵਾਲੀ ਬਾਤ ਕਿਆ ਹੈ ਮੈਂ ਤਾਂ ਇਹ ਸਮਝਦਾ ਹਾਂ ਤੋ ਯੋ ਆਪਣਾ ਗੁਰੂ ਕਾ ਵੀ ਸਤਿਕਾਰ ਨਹੀਂ ਕਰ ਰਿਹਾ ਇਸ ਬਾਤ ਕੋ ਹਮੇਸ਼ਾ ਬੁਰਾ ਕਰਨਾ ਚਾਹੀਏ ਅਗਰ ਵਹਾਂ ਝਗੜਾ ਹੋਗਾ ਤੋ ਕੁਦਰਤੀ ਬਾਤ ਹੈ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਆਏਗੀ ਆਏਗੀ ਔਰ ਇਹ ਹਮਾਰੇ ਲਈ ਬਹੁਤ ਸ਼ਰਮਨਾਕ ਬਾਤ ਹੈ ਇਹ ਬਿਲਕੁਲ ਨਹੀਂ ਹੋਣਾ ਚਾਹੀਏ ਅਕਾਲ ਤਖਤ ਸਾਹਿਬ ਕੇ ਹਮਾਰੇ ਮੁੱਖ ਜਸਦਾਰ ਸਾਹਿਬ ਨੇ ਵੀ ਮੈਨੇ ਅਖਬਾਰ ਮੈਂ ਪੜ੍ਹਾ ਹੈ ਉਹਨਾਂ ਨੇ ਕਿਹਾ ਕਿ ਬਹੁਤ ਬੁਰੀ ਬਾਤ ਹੈ ਉਹਨੇ ਲਿਖਾ ਵੀ ਹੈ ਕਿ ਇਹ ਕੰਮ ਨਹੀਂ ਹੋਣਾ ਚਾਹੀਏ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਦੇਖਣਾ ਚਾਹੀਏ ਕਿ ਇਹ ਕੰਮ ਅੱਗੇ ਸੇ ਨਾ ਹੋ ਉਨਕੋ ਗੁਰੇਜ਼ ਕਰਨਾ ਚਾਹੀਏ ਗੁਰਦੁਆਰਾ ਇਸ ਕੰਮ ਕੇ ਲਈ ਥੋੜ੍ਹਾ ਹੋਤੇ ਹੈ ਕਿ ਵਹਾਂ ਝਗੜੇ ਕਾ ਸਥਾਨ ਬਣੇ ਗੁਰਦੁਆਰਾ ਤੋਂ ਸਿਮਰਨ ਸੇਵਾ ਇਸ ਕੰਮ ਕੇ ਲਈ ਹੋਤੇ ਹੈ ਇਸ ਲਈ ਕੌਮ ਕਾ ਅਕਸ ਵੀ ਖਰਾਬ ਹੋਤਾ ਹੈ ਦੋਸ਼ੀ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਥਾਣਾ ਸਿਟੀ ਨੂੰ SHO ਨੂੰ ਅਸੀਂ ਲਿਖ ਦਿੱਤਾ ਗਿਆ ਇਸ ਤੋਂ ਬਾਅਦ ਵੀ ਜੇ ਕੋਈ ਦੋਸ਼ੀ ਪਾਇਆ ਗਿਆ ਹੋਰ ਉਹਦੇ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਊਗੀ ਕਿਸ ਤਰ੍ਹਾਂ ਘਟਨਾ ਵਾਪਰੀ ਸਾਰੇ ਕੀ ਹੋਇਆ ਇਹ ਘਟਨਾ ਇਸ ਤਰ੍ਹਾਂ ਵਾਪਰੀ ਵੀ ਉਹ ਦੁਪਹਿਰੇ ਜਦੋਂ ਰੋਟੀ ਦੇਣ ਲੱਗੇ ਉਹਨੂੰ
ਤਲਾ ਖੋਲਿਆ ਉਸੇ ਵੇਲੇ ਤਿੰਨ ਚਾਰ ਬੰਦੇ ਪਿੱਛੋਂ ਆ ਕੇ ਅਟੈਕ ਕਰਤਾ ਤੇ ਜਿਹੜਾ ਉੱਥੇ ਡਿਊਟੀ ਤੇ ਮੁਲਾਜ਼ਮ ਸੀਗਾ ਤੇ ਉਹਨੂੰ ਵੀ ਧੱਕਣ ਮਾਰੇ ਉਹਨੇ ਤੇ ਜੇਲ੍ਹ ਦੇ ਵਿੱਚ ਇੱਥੇ ਆਇਆ ਵਾਂ ਅਜੇ ਪਰਸੋਂ ਮੈਂ ਆਇਆ ਵਾਂ ਆਉਂਦਿਆਂ ਮੈਂ ਕਿਹਾ ਵੀ ਉਹਦੀ ਆਪੋਜਿਟ ਪਾਰਟੀ ਇੱਥੇ ਜਿਹੜੇ ਹੈਗੇ ਨੇ ਜਿਹੜੇ ਨਸ਼ਾ ਕਰਦੇ ਨੇ ਨਸ਼ਾ ਦਰਾਉਂਦਾ ਵਾ ਨਸ਼ਾ ਖਾ ਕੇ ਅਟੈਕ ਕਰਦੇ ਨੇ ਤੇ ਉਹਨਾਂ ਨੇ ਮੈਨੂੰ ਉਹਨਾਂ ਚੱਕੀ ਦੇ ਵਿੱਚ ਬੰਦ ਕਰ ਦਿੱਤਾ ਮੈਨੂੰ ਚੱਕੀ ਦੇ ਵਿੱਚ ਦੋ ਤਾਲਿਆਂ ਦੇ ਵਿੱਚ ਮੈਂ ਪ੍ਰੋਟੈਕਸ਼ਨ ਦੇ ਵਿੱਚ ਸੀਗਾ ਪਰ ਆਪਣਾ ਜਦੋਂ ਰੋਟੀ ਦਾ ਟਾਈਮ ਹੋਇਆ 12 ਵਜੇ ਦਾ ਰੋਟੀ ਆਪਾਂ ਖਾ ਲਈ ਆ ਫਿਰ ਚੌਲ ਦੇਣ ਦੇ ਬਹਾਨੇ ਉਹਨਾਂ ਬੰਦਿਆਂ ਨੇ ਹੌਲਦਾਰ ਆਪਣਾ ਹਰਜਿੰਦਰ ਸਿੰਘ ਕੋਲ ਤਾਲਾ ਖੜਾਇਆ ਵਾ ਤਾਲਾ ਖੜਾ ਕੇ ਰਾਟਾ ਤੇ ਇਸ ਦੇ ਨਾਲ ਇੱਕ ਪੈਪ ਆ ਮੇਰੇ 'ਤੇ ਹਮਲਾ ਕਰਤਾ ਅਤੇ ਮੇਰੇ हमें इन शहीदों के ऊपर गर्व है। इन्होंने अपनी जान की बाजी लगा के देश की रक्षा की, हम सब लोगों की रक्षा की। हम सब लोग रात को चैन की नींद इसी वजह से सो पाते हैं क्योंकि हमारे सिपाही हम लोगों की बॉर्डर के ऊपर रक्षा करते हैं। अभी ये लोग शहीद हुए, इनके परिवार से आज हम लोग मिलने के लिए आए हैं और हम जो कुछ भी कर सकते हैं इनके परिवार के लिए, वो पूरे देश को पूरे समाज को हमारी जिम्मेदारी है इस वक्त उनका सहयोग करना। और मैं पूरी तरह से, मैंने उनको यही आश्वासन दिया है कि किसी भी चीज़ की ज़रूरत हो वो हिचके ना और हमें बेहिचक। उन्होंने तो ऐसा कुछ नहीं कहा, आप ही बोलते हो ऐसा। हर साल 20 साल पहले जो साडे लेफ्टिनेंट गुरदीप सिंह सलारिया जी ने एक शहादत का जाम पीता सी और तीन आतंकी उन्होंने मार गिराए सी। बिल्कुल छोटी उम्र च सी और उन्होंने दे विच एक बहुत अपने देश प्रति जज्बा सी और लखां लोगों की जिंदगी जिहड़ी उन्होंने बचाई सी। असी ऐसे जाबाज नूं सलूट, प्राउड फील करदी हां कि साडे विच साडे इस पोए हल्के विच सब तो वध जिहड़े शहीद होए ने उन्होंने अपने देश वास्ते और लखां लोगों दी जिंदगियां वास्ते अपनियां जानां जिहड़ियां कुर्बान कीतियां ने। ऐसे जिहड़े शहीद ने वह हमेशा साडे लई अमर ने, असी हमेशा उन्हां नूं याद करदे रहांगे। इस समागम विच जो इकट्ठ होया उहदे तों बहुत ही प्रेरणा मिली है बच्चियां नूं कि किवें देश की राखी वास्ते जाना कुर्बान करके असी उन्हां दे पद चिन्हां ते चलदे होए असी भी देश की रक्षा जिहड़ी है। ऐसे समारोह में हम जहां इलाके के सभी शहीद परिवारों को बुलाकर उन्हें सम्मानित करते हैं, वहीं बच्चों को एक संकल्प भी दिलाते हैं कि जहां उन्होंने अच्छी शिक्षा लेनी है, वहीं इन सैनिकों ने जो हमारे देश पर मर मिटने का जज्बा पैदा किया है इस देश के अंदर, वो जज्बे को अपने अंदर उन्होंने पैदा करना है। और जो पंजाब जिसे पांच दरियाओं की धरती कहा जाता था, छठा दरिया उस नशे का बहरा है, उस नशे के खिलाफ अभियान छेड़ने के लिए बच्चों को लामबंद होना चाहिए तथा इन सैनिकों के पदचिन्हों पर चलते हुए अपने अंदर देशभक्ति का जज्बा भरते हुए भारतीय सेना में भर्ती होकर देश सेवा में हमेशा तत्पर रहना होगा। और यही इन शहीदों को सच्ची श्रद्धांजलि है, क्योंकि एक सैनिक अपनी शहादत के बदले समाज से कुछ नहीं चाहता, उन्हें सिर्फ मान सम्मान की जरूरत है, जिससे हम सबका दायित्व बनता है कि ऐसे परिवारों का मनोबल बढ़ाए रखें।
आपको सर 3 बजे भोर में खटखट की पहले उससे पहले आवाज आ रही थी, तो हमने सोचा कि कुछ है तो एक दरवाजा खोल कर वहाँ से आए देखे यहाँ पर, तो 4-5-7 आदमी थे जो, और एक आदमी हमको पकड़ लिया वहाँ पर, और पकड़ा जैसे ही तैसे ही हमने छोड़ के पड़ा भैया चोर चल दिए। तब से गांव के लोग चाचा ओचा भैया वैया दौड़े इसी गली में से भागे। क्या हुआ सर? सर हम अपने घर पर थे, करीब 2:30 बजे हमारे यहाँ फ़ोन आया कि आपकी दुकान चोरी हो गई है। हमने अपनी दुकान पर गया तो देखा कि पूरी हमारी शटर एक तरफ की चढ़ कर सब खोल गए, सारे सामान जेवरात वगैरह जो सब ले गए थे, और कोई सुराग नहीं मिला। लगभग कितने का सामान नकदी वगैरह था? नकदी वगैरह लेकर सामान से करीब 1 लाख से वाला के आसपास था। कुछ जानकारी मिल पाई अभी? तो कुछ जानकारी नहीं मिल पाई। 50 सेठ ग्राम दिगवट जनपद चंदौली के रहने वाले हैं। इनकी एक दुकान है नई बाजार स्थित सराफे की। बीती रात उनके घर में शटर तोड़ के अज्ञात चोरों ने मोबाइल के 1 लाख रुपए करीब जो है चोरी कर लिया है अज्ञात चोरों ने। उन्होंने सूचना दिया है, उसकी सूचना पर मुकदमा पंजीकृत होकर विवेचना की जा रही है। विस्तृत विवरण छानबीन के बाद ही मालूम हो पाएगा। तो फायरिंग वायरिंग की भी बात सामने आई है क्या? फायरिंग की कोई बात ऐसी नहीं है, इसकी भी जांच कर ली जाएगी। अगर ऐसी फायरिंग की बात होगी तो फिर मेंशन किया जाएगा, विधिक कार्रवाई की जाएगी।